ਜੇ ਅੱਜ ਪਿੱਛੇ ਹਟ ਗਏ ਤਾਂ ਫਿਰ ਰੋਜ਼ ਪਿੱਛੇ ਹਟਣਾ ਪੈਣਾ, ਫਿਰ ਰੋਜ਼ ਪਿੱਛੇ ਹਟਣਾ ਪੈਣਾ। ਦਿੱਲੀ ਦੇ ਸਾਰੇ ਕੇਸਾਂ 'ਚੋਂ ਲੱਖਾ ਸਡਾਣਾ ਜਿਹੜਾ ਹੈ ਉਹ ਫਰ ਗਿਆ, ਉਹਨੂੰ ਪੁਲਿਸ ਅਰੈਸਟ ਨਹੀਂ ਕਰ ਸਕਦੀ। 15 ਦਿਨ ਦੇ ਅੰਦਰ ਪੁਲਿਸ ਪ੍ਰੋਟੈਕਸ਼ਨ ਆ, ਇਸੇ ਦੌਰਾਨ ਉਸਨੇ ਇਨਵੈਸਟੀਗੇਸ਼ਨ ਜੁਆਇਨ ਕਰਨੀ ਹੈ। ਮੈਂ ਹੁਣੇ ਲੱਖੇ ਸਡਾਣੇ ਨੂੰ ਵਧਾਈ ਦੇ ਰਿਹਾ ਸੀ, ਲੱਖੇ ਸਡਾਣੇ ਦੇ ਦੂਸਰੇ ਕੇਸ ਅੰਦਰ ਵੀ ਜਿਹ 'ਚ 1,00,000 ਰੁਪਏ ਉਹਦੇ ਸਿਰ 'ਤੇ ਇਨਾਮ ਰੱਖਿਆ ਗਿਆ ਸੀਗਾ, ਉਸ ਕੇਸ ਅੰਦਰ ਵੀ ਅੱਜ ਉਸਨੂੰ ਜ਼ਮਾਨਤ ਮਿਲ ਗਈ ਆ। ਔਰ ਇਸੇ ਤਰ੍ਹਾਂ ਮੈਂ ਤੁਹਾਨੂੰ ਇਹ ਵੀ ਵਧਾਈ ਦਊਂਗਾ, ਜੰਮੂ ਕਸ਼ਮੀਰ 'ਚੋਂ ਵੀ ਆਪਾਂ ਜਿੱਤ ਕੇ ਨਿਕਲਾਂਗੇ, ਅਸੀਂ ਵਾਦੀ 'ਚਾਂ ਅਜੇ ਵੀ ਖੁਸ਼ਖਬਰੀ ਲੈ ਕੇ ਆਵਾਂਗੇ। ਇਸ ਵੇਲੇ ਦੀ ਵੱਡੀ ਖਬਰ ਕਿਸਾਨੀ ਅੰਦੋਲਨ ਨਾਲ ਜੁੜੀ ਹੋਈ ਸਾਹਮਣੇ ਆ ਰਹੀ ਹੈ। 26 ਜਨਵਰੀ ਨੂੰ ਹੋਈ ਹਿੰਸਾ ਮਾਮਲੇ 'ਚ ਦਿੱਲੀ ਅਦਾਲਤ ਦਾ ਵੱਡਾ ਫੈਸਲਾ ਆਇਆ। ਸਮਾਜ ਸੇਵੀ ਲੱਖਾ ਸਿਧਾਣਾ ਨੂੰ ਦੂਜੇ ਕੇਸ 'ਚੋਂ ਵੀ ਜ਼ਮਾਨਤ ਮਿਲ ਗਈ ਹੈ, ਜਿਸ ਕੇਸ 'ਚ ਲੱਖਾ ਸਿਧਾਣਾ ਖਿਲਾਫ 1,00,000 ਰੁਪਏ ਦਾ ਇਨਾਮ ਰੱਖਿਆ ਹੋਇਆ ਸੀ। ਇਸ ਗੱਲ ਦੀ ਜਾਣਕਾਰੀ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਮਨਜਿੰਦਰ ਸਿੰਘ ਸਿਰਸਾ ਨੇ ਦਿੱਤੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੰਗਤ ਜੀ, ਮੈਂ ਤੁਹਾਨੂੰ ਬੜੀ ਖੁਸ਼ਖਬਰੀ ਦੇ ਰਿਹਾ, ਖਾਸ ਤੌਰ 'ਤੇ ਜਿਹੜੇ ਕਿਸਾਨੀ ਸੰਘਰਸ਼ ਨਾਲ ਜੁੜੇ ਲੋਕ ਨੇ ਉਹਨਾਂ ਦੇ ਵਾਸਤੇ। ਜਿਵੇਂ ਤੁਸੀਂ ਜਾਣਦੇ ਜੇ ਕਿਤਨਾ ਦਿੱਲੀ ਪੁਲਿਸ ਨੇ ਆਪਣੇ ਲੋਕਾਂ ਦੇ ਉੱਤੇ ਮੁਕੱਦਮੇ ਦਰਜ ਕੀਤੇ, ਭਾਵੇਂ ਉਹ ਦੀਪ ਸਿੱਧੂ ਸੀ, ਭਾਵੇਂ ਲੱਖਾ ਸਡਾਣਾ ਸੀ, ਭਾਵੇਂ ਉਹ ਗੁਰਦੀਪ ਸੀ। ਜਿਸ ਤਰ੍ਹਾਂ ਸਾਡੇ ਨੌਜਵਾਨਾਂ ਨੂੰ ਪੁਲਿਸ ਨੇ ਤਸ਼ੱਦਤਾਂ ਕੀਤੀਆਂ, ਉਹ ਤੋਂ ਸਭ ਦੇਖਿਆ। ਮੈਂ ਤੁਹਾਨੂੰ ਅੱਜ ਖੁਸ਼ਖਬਰੀ ਦੇ ਰਿਹਾ ਕਿ ਲੱਖੇ ਸਡਾਣੇ ਦੇ ਦੂਸਰੇ ਕੇਸ ਅੰਦਰ ਵੀ ਜਿਹ 'ਚ 1,00,000 ਰੁਪਏ ਉਹਦੇ ਸਿਰ 'ਤੇ ਇਨਾਮ ਰੱਖਿਆ ਗਿਆ ਸੀਗਾ, ਉਸ ਕੇਸ ਅੰਦਰ ਵੀ ਅੱਜ ਉਸਨੂੰ ਜ਼ਮਾਨਤ ਮਿਲ ਗਈ ਆ। ਦਿੱਲੀ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਦੇ ਵਕੀਲਾਂ ਦਾ ਮੈਂ ਬਹੁਤ ਬਹੁਤ ਸ਼ੁਕਰਗੁਜ਼ਾਰ ਹਾਂ। ਖਾਸ ਤੌਰ 'ਤੇ ਹਮੇਸ਼ਾ ਕਹਿੰਦੇ ਨਾ ਕਿ ਕਿਸੇ ਦਾ ਅਹਿਸਾਨ ਜਿਹੜਾ ਹੈ ਨਾ ਉਹ ਭੁੱਲਣਾ ਨਹੀਂ ਚਾਹੀਦਾ। ਮੈਂ ਅੱਜ ਇੱਥੇ ਕਹਿਣਾ ਚਾਹੁੰਦਾ ਹਾਂ ਕਿ ਸਾਰੇ ਕੰਮ ਅੰਦਰ ਅੱਜ ਮੈਂ ਰਮੇਸ਼ ਗੁਪਤਾ ਜੀ ਦਾ, ਵਿਸ਼ੇਸ਼ ਤੌਰ 'ਤੇ ਸੀਨੀਅਰ ਕੌਂਸਲ, ਹੈਰਾਨਗੀ ਇਸ ਗੱਲ ਦੀ ਆ। ਨਾ ਤਾਂ ਰਮੇਸ਼ ਗੁਪਤਾ ਜੀ ਕਿਸਾਨ ਪਰਿਵਾਰ ਤੋਂ ਨੇ, ਨਾ ਤਾਂ ਸਿੱਖ ਨੇ, ਪਰ ਦਰਦ ਜਿਹੜਾ ਉਹਨਾਂ ਦੇ ਅੰਦਰ ਉਹ ਇਹ ਸੀਗਾ ਇਨਸਾਨੀਅਤ ਦਾ ਕਿ ਜੇਕਰ ਤੁਸੀਂ ਲੜਾਈ ਲੜ ਰਹੇ ਜੇ ਅਸੀਂ ਤੁਹਾਡੇ ਨਾਲ ਖੜ੍ਹੇ ਹਾਂ। ਔਰ ਮੈਂ ਤੁਹਾਨੂੰ ਇਹ ਗੱਲ ਦੱਸਣ ਲੱਗਾ ਕਿ ਇੱਕ ਇੱਕ ਕੇਸ ਦੀ ਵਕੀਲ ਦੀ, ਇੱਕ ਇੱਕ ਜਿਹੜੀ ਕੇਸ ਦੀ ਫੀਸ ਆ ਉਹ ਰਮੇਸ਼ ਗੁਪਤਾ ਜੀ ਦੀ 1,00,000 ਰੁਪਇਆ ਹੈ, ਪਰ ਸਾਡੇ ਕੋਲੋਂ ਉਹਨਾਂ ਨੇ 1 ਰੁਪਇਆ ਵੀ ਚਾਰਜ ਨਹੀਂ ਕੀਤਾ। ਔਰ ਅੱਜ ਵੀ ਉਹਨਾਂ ਨੇ ਆਪਣੇ ਸਾਰੇ ਕੰਮ ਛੱਡ ਕੇ, ਉਹਨਾਂ ਨੇ ਵੀ, ਔਰ ਐਡਵੋਕੇਟ ਚਾਹਰ ਸਾਹਿਬ ਜਿਹੜੇ ਪ੍ਰਧਾਨ ਵੀ ਨੇ, ਮੈਂ ਉਹਨਾਂ ਦਾ ਵੀ ਧੰਨਵਾਦ ਕਰਦਾ, ਵਰਿੰਦਰ ਸੰਧੂ ਜੀ ਦਾ, ਜਸਪ੍ਰੀਤ ਜੀ ਰਾਏ ਜੀ ਦਾ, ਜਸਦੀਪ ਸਿੰਘ ਢਿੱਲੋਂ ਜੀ ਦਾ, ਇਹ ਸਾਰੇ ਉਹ ਐਡਵੋਕੇਟ ਨੇ ਜਿਨ੍ਹਾਂ ਨੇ ਬਿਨਾਂ ਫੀਸਾਂ 'ਤੇ ਲੜਾਈ ਲੜੀ ਆ। ਮੈਂ ਕੌਮ ਨੂੰ ਨਾਮ ਯਾਦ ਕਰਾਉਣਾ ਚਾਹੁੰਦਾ, ਨਾਮ ਯਾਦ ਰੱਖਿਓ ਜੇ, ਜਦੋਂ ਲੋੜ ਪਵੇ ਇਹਨਾਂ ਨਾਲ ਖੜ੍ਹੇ ਹੋਏ ਜੀ, ਇਹ ਤੁਹਾਡੇ ਨਾਲ ਖੜ੍ਹੇ ਹੋਏ ਨੇ। ਵੱਡੇ ਵੱਡੇ ਐਡਵੋਕੇਟ ਹੱਥ ਪੈਰ ਛੱਡ ਗਏ, ਪਰ ਇਹ ਲੋਕ ਤੁਹਾਡੇ ਨਾਲ ਡੱਟ ਕੇ ਖੜ੍ਹੇ ਰਹੇ। ਸੋ ਮੈਂ ਬੜੀ ਵਧਾਈ ਦਿੰਦਾ ਲੱਖੇ ਸਡਾਣੇ ਦੀ, FIR ਨੰਬਰ 39 ਜਿਹੜੀ ਸੀਗੀ, ਜਿੱਤੇ ਉਹਦਾ 1,00,000 ਰੁਪਏ ਇਨਾਮ ਸੀਗਾ, ਉਹਦੇ ਅੰਦਰ ਵੀ ਜ਼ਮਾਨਤ ਹੋਈ। ਹੁਣ ਦਿੱਲੀ ਦੇ ਸਾਰੇ ਕੇਸਾਂ 'ਚੋਂ ਲੱਖਾ ਸਡਾਣਾ ਜਿਹੜਾ ਹੈ ਉਹ ਫਰ ਗਿਆ, ਉਹਨੂੰ ਪੁਲਿਸ ਅਰੈਸਟ ਨਹੀਂ ਕਰ ਸਕਦੀ। 15 ਦਿਨ ਦੇ ਅੰਦਰ ਪੁਲਿਸ ਪ੍ਰੋਟੈਕਸ਼ਨ ਆ, ਇਸੇ ਦੌਰਾਨ ਉਸਨੇ ਇਨਵੈਸਟੀਗੇਸ਼ਨ ਜੁਆਇਨ ਕਰਨੀ ਹੈ। ਮੈਂ ਹੁਣੇ ਲੱਖੇ ਸਡਾਣਾ ਨੂੰ ਵਧਾਈ ਦੇ ਰਿਹਾ ਸੀ, ਮੈਂ ਕਿਹਾ ਅੱਜ ਤੱਕ ਤਾਂ ਮੁਕੱਦਮਾ ਦਰਜ ਹੋਣ ਤੋਂ ਬਾਅਦ ਕਿਸਾਨੀ ਸੰਘਰਸ਼ ਵਾਸਤੇ ਤੂੰ ਇੱਧਰ ਉੱਧਰ ਲੋਕੇ ਜਾਣਾ ਪੈਂਦਾ ਸੀ, ਲੋਕਾਂ 'ਤੇ ਕੰਮ ਵੀ ਕੀਤੇ ਪਰ ਲੋਕੇ, ਪਰ ਹੁਣ ਆਜ਼ਾਦ ਹਰ ਤਰੀਕੇ ਨਾਲ ਕਿਤੇ ਵੀ ਜਾ ਕੇ ਖੜ੍ਹਾ ਹੋ ਸਕਦਾ ਹੈ। ਸੋ ਮੈਂ ਸਾਰੇ ਕਿਸਾਨ ਸੰਘਰਸ਼ ਜੁੜੇ ਲੋਕਾਂ ਨੂੰ, ਕਿਉਂਕਿ ਇਹ ਲੜਾਈ ਜਿਹੜੀ ਆ ਇਹ ਕੋਈ 1 ਬੰਦਾ ਨਹੀਂ ਲੜ ਸਕਦਾ ਸੀ, ਇਹ ਜ਼ਮਾਨਤਾਂ ਜਿਹੜੀਆਂ ਨੇ ਇਹ ਤੁਹਾਡਾ ਜਜ਼ਬਾ ਸੀ ਔਰ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਤਰਸ ਸੀਗਾ। ਵੀਰੋ, ਮੈਂ ਤੁਹਾਨੂੰ ਇੱਕ ਗੱਲ ਜ਼ਰੂਰ ਕਹਿਣਾ ਚਾਹੁੰਦਾ, ਗੁਰੂ ਤੇਗ ਬਹਾਦਰ ਸਾਹਿਬ ਦੇ ਦਰ 'ਤੇ ਬੜੀ ਕਿਰਪਾ ਹੈ। ਜਿਸ ਨੇ ਵੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਦਰ 'ਤੇ ਉਹ ਟਾਸਰਾ ਲਿਆ, ਗੁਰੂ ਗ੍ਰੰਥ ਸਾਹਿਬ ਮਹਾਰਾਜ ਦਾ ਉਹ ਟਾਸਰਾ ਲਿਆ, ਫਿਰ ਉਹਦਾ ਕੋਈ ਬਾਲ ਵਾਂਕਾ ਨਹੀਂ ਕਰ ਸਕਦਾ। ਮੇਰਾ ਬੜਾ ਯਕੀਨ ਹੈ ਇਸ ਗੱਲ ਉੱਤੇ, ਤੁਸੀਂ ਯਾਦ ਹੋ ਮੈਂ ਬਾਰ ਬਾਰ ਇਹ ਗੱਲ ਕਹਿੰਦਾ ਹਾਂ, ਅੱਜ ਫਿਰ ਇੱਕ ਗੱਲ ਕਹਿਣ ਲੱਗਾ ਹੈ, ਜਿਹੜਾ ਵੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਦਰ 'ਤੇ ਆ ਕੇ ਅਸੀਂ ਇਸ ਨੂੰ ਆ ਗਿਆ ਨਾ, ਮੈਂ ਜਿੱਦਾਂ ਲੱਖੇ ਸਡਾਣੇ ਦਾ ਕੇਸ ਪਾਇਆ ਸੀਗਾ, ਮੈਂ ਲੱਖੇ ਸਡਾਣੇ ਨਾਲ ਤੁਸੀਂ ਪੁੱਛੋਗੇ, ਮੈਂ ਅੱਜ ਵੀ ਵਧਾਈ ਦਿੰਦਾ ਉਹਨੂੰ ਇਹ ਗੱਲ ਯਾਦ ਕਰਾਈ, ਬਈ ਅਸੀਂ ਕਿਹਾ ਸੀਗਾ ਤੈਨੂੰ ਜੇਲ੍ਹ ਨਹੀਂ ਜਾਣਾ ਪਊਗਾ, ਇਸ ਕੇਸ 'ਚ ਅਰੈਸਟ ਨਹੀਂ ਹੋਣਾ ਪਊਗਾ। ਕਿਉਂ? ਗੁਰੂ ਤੇਗ ਬਹਾਦਰ ਸਾਹਿਬ ਦੀ ਸ਼ਰਨ 'ਚ ਆ ਗਏ ਜੇ ਤੁਸੀਂ, ਇਹ ਜੋ ਦਿੱਲੀ ਗੁਰਦੁਆਰਾ ਮੈਨੇਜਮੈਂਟ ਕਮੇਟੀ ਦਾ ਦਫ਼ਤਰ ਹੈ, ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਦਰ 'ਤੇ ਆ, ਔਰ ਜਿਸ ਨੇ ਉਹਦਾ ਵੋਟ ਆਸਰਾ ਲਿਆ ਫਿਰ ਮਾਲਕ ਨੇ ਆਪ ਉਹਦੀ ਪੱਤ ਰੱਖੀ ਆ। ਮੈਂ ਸਾਰੇ ਦੇਸ਼ ਵਿਦੇਸ਼ ਦੁਨੀਆ ਭਰ 'ਚ ਵੱਸਦੇ ਲੋਕਾਂ ਨੂੰ ਵਧਾਈ ਦਿੰਦਾ, ਵਧਾਈ ਦੇ ਪਾਤਰ ਜੇ ਤੁਸੀਂ, ਔਰ ਇਸੇ ਤਰ੍ਹਾਂ ਅਸੀਂ ਲੜਦੇ ਰਹੀਏ, ਇੱਕਜੁੱਟਤਾ ਦਿਖਾਈਏ। ਪਾਰਟੀਆਂ ਕੋਈ ਵੀ ਹੋਣ ਕੋਈ ਫਰਕ ਨਹੀਂ ਪੈਂਦਾ, ਹਰੇਕ ਨੇ ਆਪਣੀ ਆਪਣੀ ਸੋਚ ਨਾਲ ਕੰਮ ਕਰਨਾ ਹੈ, ਕਿਸੇ ਦਾ ਕਿਸੇ ਪਾਰਟੀ ਵੱਲ ਝੁਕਾਵ ਆ, ਕਿਸੇ ਦਾ ਕਿਸੇ ਦੇ ਨਾਲ ਆ, ਕਿਸੇ ਨਾਲ ਜਿਹਦੇ ਨਾਲ ਵੀ ਹੋਵੇ, ਇੱਕ ਦੂਜੇ ਦੀ ਵਿਰੋਧਤਾ ਵੀ ਕਰੀਏ ਪਰ ਮੁੱਦਿਆਂ 'ਤੇ ਇੱਕਜੁੱਟ ਹੋ ਜਾਈਏ, ਮੁੱਦਿਆਂ 'ਤੇ ਵਿਰੋਧਤਾ ਨਾ ਕਰੀਏ। ਜਦੋਂ ਕੌਮ ਦੀ ਗੱਲ ਆ ਜੇ, ਜਦੋਂ ਸਿੱਖੀ ਦੀ ਗੱਲ ਆ ਜੇ, ਉਦੋਂ ਸਾਰੀਆਂ ਗੱਲਾਂ ਭੁੱਲ ਜਾਈਏ। ਪਾਰਟੀ ਤੁਹਾਡਾ ਵਿਰੋਧ ਕਰੇ ਹੋਵੇ ਪਰ ਇੱਕ ਗੱਲ 'ਤੇ ਤੈਅ ਕਰਦੀ ਹੈ ਵੀ ਆਪਾਂ ਆਪਣੀ ਕਮਿਊਨਿਟੀ ਦੇ ਨਾਲ ਖੜ੍ਹੇ ਹਾਂ। ਇਹੀ ਕਾਰਨ ਆ ਕਿ ਤੁਸੀਂ ਲੋਕ ਇਸ ਤਰ੍ਹਾਂ ਸਾਥ ਦਿੰਦੇ ਜੇ, ਇਹੀ ਕਾਰਨ ਆ ਕਿ ਆਪਾਂ ਹਮੇਸ਼ਾ ਜਿੱਤ ਕੇ ਨਿਕਲੇ ਹਾਂ।
और इस तरह मैं तुहानू यह भी वधाई दूंगा जम्मू कश्मीर चों वी आपां जित के निकलांगे, असीं वादी चां अजे भी खुशखबरी लैके आवांगे। हार नहीं मननी कुछ हो जाए असीं तुहानू इस फोनां ते दसना चाहुंदे, पर जदों जदों असीं प्रशासन नूं मिले हां जां वड्डे वड्डे लोगों ने इत्थे मिले उहनां इक्को गल कही, हार नहीं मन्नांगे। सारा जग एक पासे हो जाए पिछे नहीं हटांगे, क्यों जे अज पिछे हट गए तो फिर रोज़ पिछे हटना पैना। इस करके पिछे नहीं हटांगे, खुशखबरी लैके आवांगे, इस वादी तो भी खुशखबरी लैके आवांगे। दस दिए कि मनजिंदर सिरसा पहले दिन तो ही किसानी अंदोलन दे विच समर्थन दे रहे ने। दिल्ली हिंसा मामले च दिल्ली कमेटी ने किन्ने ही किसानां दीआं जमानतां करवाईआं। सो एक पासे तां चंडीगढ़ प्रशासन दे वल्लों लखा सधाणा ते परचा दर्ज किया गया, दूजे पासे मुश्किलां घटदीआं होईआं नजर आईआं। ब्यूरो रिपोर्ट D5 चैनल पंजाबी। D5 चैनल पंजाबी हुणे सबसक्राइब करो, बैल आइकन ते क्लिक करो। ਬਾਣੀ ਗੁਰੂ ਗੁਰੂ ਹੈ ਬਾਣੀ ਵਿੱਚ ਬਾਣੀ ਅੰਮ੍ਰਿਤ ਸਾਰੇ ਗਿਆਨੀ ਸਾਹਿਬ ਸਿੰਘ ਜੀ ਸ਼ਾਹਬਾਦ ਮਾਰਕੰਡਾ ਵਾਲਿਆਂ ਨਾਲ ਕਰੋ ਸਿੱਧੀ ਗੱਲਬਾਤ ਤੇ ਜਾਣੋ ਗੁਰਬਾਣੀ ਦੇ ਅਰਥ। ਰੋਜ਼ਾਨਾ ਪਾਠ ਕਰਨ ਵਾਲੇ ਇਹ ਪ੍ਰੋਗਰਾਮ ਜ਼ਰੂਰ ਦੇਖਣ ਤੇ ਗੁਰੂ ਸਾਹਿਬ ਦੀਆਂ ਅਸੀਸਾਂ ਦੇ ਪਾਤਰ ਬਣਨ। ਦੇਖਣਾ ਨਾ ਭੁੱਲਣਾ ਸਾਡਾ ਖਾਸ ਪ੍ਰੋਗਰਾਮ ਗੁਰਬਾਣੀ ਗਿਆਨ, ਐਤਵਾਰ ਸਵੇਰੇ 7 ਤੋਂ 8 ਵਜੇ ਤੱਕ D5 ਚੈਨਲ ਪੰਜਾਬੀ 'ਤੇ।